ਅਸਲਾਮੁਅਲੈਕਮ ਕੀ ਹਾਲ ਚੱਲਾ ਜੀ ਸਭ ਵਧੀਆ ਜੀ ਹਰ ਤਰ੍ਹਾਂ ਖੈਰੀਅਤ ਹੈ ਜੀ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਅੱਲਾ ਪਾਕ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਅੰਮੀ ਅੱਬੂ ਤੇ ਭੈਣਾਂ ਭਰਾਵਾਂ ਤੇ ਆਂਡੀਆਂ ਗੁੰਡੀਆਂ ਤੇ ਤੇ ਇਸ ਦੁਨੀਆ ਦੀ ਹਰ ਮਖਲੂਕ ਤੇ ਆਪਣਾ ਰੱਬ ਰਹਿਮਤ ਰੱਖੇ ਜਿਉਂਦੇ ਵਸਦੇ ਰਵੋ ਰਜ ਰਜ ਖਾਓ ਰਜ ਰਜ ਹੰਡਾਓ ਰੱਬ ਕਦੀ ਵੀ ਲੋੜ ਦੀ ਥੋੜਨਾ ਦੇਵੇ ਜੀ ਤੇ ਮੈਨੂੰ ਨਾ ਰਾਤੀ ਮੈਂ ਇਹ ਦੱਸਣ ਲੱਗਾ ਕਿ ਅੱਜਕਲ ਕਿਉਂ ਕਰਨ ਲੱਗਾ ਮੈਂ ਰਾਤੀ ਮੈਨੂੰ ਇੱਕ ਮੈਸੇਜ ਆਇਆ ਜਿਨੇ ਨਾ ਮੈਨੂੰ ਹਲਾ ਕੇ ਰੱਖਤਾ ਤੇ ਇੱਕ ਸਾਡੀ ਭੈਣ ਜੀ ਨੇ ਤੇ ਉਹਨਾਂ ਦਾ ਮੈਸੇਜ ਆਇਆ ਤੇ ਉਹਨਾਂ ਨੇ ਕਿਹਾ ਜੀ ਕਿ ਰਾਣਾ ਸਾਹਿਬ ਤੁਸੀਂ ਕਾਲਾਂ ਤੋਂ ਵੀਡੀਓ ਤੇ ਸ਼ਿਫਟ ਹੋ ਕੇ ਤੇ ਸਾਡੇ ਵਾਸਤੇ ਸਾਡੇ ਤੇ ਬਹੁਤ ਵੱਡਾ ਜ਼ੁਲਮ ਕੀਤਾ ਤੁਸੀਂ ਉਹਨਾਂ ਨੇ ਕਿਹਾ ਜੀ ਕਿ ਮੇਰੇ ਜਿਹੜੇ ਸ਼ੋਹਰ ਨੇ ਹਸਬੈਂਡ ਨੇ ਨਾ ਉਹ ਉਹਨਾਂ ਨੂੰ ਨਜ਼ਰ ਨਹੀਂ ਹੁੰਦਾ ਬਲਾਈਂਡ ਨੇ ਹੋਤੇ ਉਹ ਪਹਿਲੇ ਤੁਹਾਡੀਆਂ ਕਾਲਾਂ ਸੁਣ ਸੁਣ ਕੇ ਹੱਸਦੇ ਹੁੰਦੇ ਸੀਗੇ ਤੇ ਤੁਸੀਂ ਜਦੋਂ ਦੇ ਵੀਡੀਓ ਬਣਾਉਣੇ ਸ਼ੁਰੂ ਕੀਤੇ ਤਾਂ ਸਾਡੀ ਉਹਨਾਂ ਦੀ ਇੰਟਰਟੇਨਮੈਂਟ ਜਿਹੜੀ ਹੈ ਮੁੱਕ ਗਈ ਹੈ ਤੇ ਉਹ ਬਹੁਤ ਹੁਣ ਉਹੀ ਪੁਰਾਣੀਆਂ ਕਾਲਾਂ ਪਈਆਂ ਤੋ ਕਿੰਨੀਆਂ ਕ ਸੁਣ ਲਈਏ ਤੇ ਉਹ ਉਦਾਸ ਰਹਿੰਦੇ ਇਸ ਵਾਸਤੇ ਆਪਣੀਆਂ ਕਾਲਾਂ ਸ਼ੁਰੂ ਕਰੋ ਫਿਰ ਮੇਰੀ ਜ਼ਿੰਦਗੀ ਵਿਚ ਖਿਆਲ ਆਇਆ ਮੈਂ ਕਿ ਯਾਰ ਗੱਲ ਤੇ ਠੀਕ ਹੈ ਕਿ ਇਹ ਆ ਕਿ ਕਿੰਨੀ ਦੁਨੀਆ ਹੈ ਜਿਹੜੀ ਕੰਮ ਕਰਨ ਦੇ ਨਾਲ-ਨਾਲ ਹੈਂਡ ਫ੍ਰੀ ਲਾ ਕੇ ਜਾਂ ਕਿਸੇ ਸਪੀਕਰਾਂ ਤੇ ਲਾ ਕੇ ਤਾਂ ਕਾਲ ਸੁਣਦੇ ਨੇ ਨਾਲ-ਨਾਲ ਆਪਣਾ ਕੰਮ ਕਰਦੇ ਰਹਿੰਦੇ ਨੇ ਲੇਕਿਨ ਵੀਡੀਓ ਦੇਖਣ ਵਾਸਤੇ ਤੁਹਾਡਾ ਕੰਮ ਤੋਂ ਫੇਰ ਵੈਲਿਆਂ ਹੋ ਕੇ ਤੁਸੀਂ ਦੇਖਣੀ ਹੁੰਦੀ ਏ ਤੇ ਨਾਲ ਫਿਰ ਇਹ ਹੈ ਕਿ ਡਰਾਈਵਰ ਹਜ਼ਾਰਾਤ ਜਿਨ੍ਹਾਂ ਦੇ 2 2 3 3 4 4 5 5000 ਕਿਲੋਮੀਟਰ ਜਿਨ੍ਹਾਂ ਨੇ ਗੱਡੀ ਚਲਾਈ ਹੁੰਦੀ ਏ ਤੇ ਉਹ ਫਿਰ ਇਹ ਹੈ ਕਿ ਪਲੇਲਿਸਟ ਇੱਕ ਵਾਰੀ ਪਲੇ ਕਰ ਲੈਂਦੇ ਆ ਤੇ ਨਾਲ ਸ਼ੁਗਲ ਲੱਗਾ ਰਹਿੰਦਾ ਤੇ ਨਾਲ ਜਿਹੜਾ ਹੈ ਨਾ ਪੈਂਡਾ ਉਹ ਪੈਂਡਾ ਮੁੱਕ ਜਾਂਦਾ ਇਸ ਵਾਸਤੇ ਮੈਂ ਫੈਸਲਾ ਕੀਤਾ ਕਿ ਹੁਣ ਮੈਂ ਜਿਹੜਾ ਇਹ ਵੀਡੀਓ ਦੇ ਨਾਲ ਨਾਲ ਜਿਹੜੀਆਂ ਕੌਲਾ ਨੇ ਇਬੀ ਹਫਤੇ ਚ ਇੱਕਦਿ ਤੁਹਾਨੂੰ ਕਾਲ ਜ਼ਰੂਰ ਦਿਆ ਕਰੂੰਗਾ ਤੇ ਅੱਜ ਕਾਲ ਮਲਾਉਣ ਜਾ ਰਹੇ ਆ ਚਾਚੇ ਬਿਸ਼ਾਰਤ ਨੂੰ ਮਲਾਓ ਜੀ ਕਾਲ ਜੀ ਹਲੋ ਹਲੋ ਅਸਲਾਮੁਅਲੈਕਮ ਚਾਚਾ ਬਿਸ਼ਾਰਤ ਵਾਅਲੈਕਮ ਸਲਾਮ ਓਏ ਕਵਾਚੇ ਲਾੜਿਆ ਉੱਕਾ ਤੇ ਆ ਤੂੰ ਯਾਰ ਆਗਾ ਤੈਨੂੰ ਅੱਜ ਚੇਤਾ ਚਾਚੇ ਆਪਣੇ ਦਾ ਯਾਰ ਤੂੰ ਮੈਂ ਨਹੀਂ ਤੇ ਨਾ ਬੋਲਦਾ ਚਾਜ ਕਿਦਾਂ ਸੇ ਤਬੀਅਤ ਉਹ ਸੇਤਾ ਠੀਕ ਹੀ ਹੁੰਦੀਆਂ ਤਬੀਅਤਾਂ ਵੀ ਠੀਕ ਹੁੰਦੀਆਂ ਬਸ ਜਦੋਂ ਯਾਰ ਨਾ ਮਿਲਣ ਤਾਂ ਫਿਰ ਸੇਤਾਾਂ ਤੈਨੂੰ ਪਤਾ ਫਿਰ ਡਾਊਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੈਨੂੰ ਕਿਹਾ ਮੈਂ ਆਪਣਾ ਪੁੱਤ ਵੀ ਤਾਂ ਯਾਰ ਵੀ ਹਾਂ ਤਾਂ ਜਦੋਂ ਕਹਿਣਾ ਯਾਰ ਤਾਂ ਫਿਰ ਲੈਣਾ ਕੀ ਹਾਂ ਜਦੋਂ ਕਹਿਣਾ ਪੁੱਤ ਤਾਂ ਫਿਰ ਦੇਣਾ ਕੀ ਵਾਹ 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 ਇਹ ਤੈਨੂੰ ਇਹ ਛਾੜੀਆਂ ਗੱਲਾਂ ਮਤੂੰ ਹਲੇ ਕੀ ਕਹਿੰਦਾ ਜਮਾਨਾ ਤੈਨੂੰ ਨਹੀਂ ਸਮਝ ਲਗੜ ਵਾ 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 ਤਜੇ ਬਿਸ਼ਰਤ ਕਮਸ਼ਾਮ ਕਿਦਾਂ ਚੱਲ ਰਿਹਾ ਵਾ ਕਮਸ਼ਾਮ ਆਇਤਾ ਹੀ ਆ ਤੈਨੂੰ ਜਦੋਂ ਆ ਜਾਂਦਾ ਕਰ ਲਈਦਾ ਅੱਜ ਕੱਲਾ ਜਰਾ ਸਾਡੇ ਵਾਲੇ ਪਾਸੇ ਠੰਡ ਬਹੁਤੀ ਪਾ ਗਈ ਆ ਅੱਛਾ ਆ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮਾੜੀ ਜੀ ਕੇਸੀ ਭਲੀ ਗਿਆ ਅੱਛਾ ਤਾਂ ਉਹ ਉਠ ਹੀ ਹੋ ਜਾਵੇ ਕੰਮ ਕਰਦਾ। ਉਹ ਨਯਾਟੋ ਮਸਾਲੇ ਠੰਡੇ ਨੂੰ ਫਿਰ ਹੱਥ ਲਾਉਣ ਨੂੰ ਤੇ ਅਲੀ ਕਰਦਾ। ਕਾਂਟੀਆਂ ਵੀ ਠੜ ਜਾਂਦੀਆਂ। ਉਤੋਂ ਪਾਣੀ ਪਾਉਣਾ ਤੈਨੂੰ ਪਤਾ ਪਾਣੀ ਵਾਲਾ ਕੰਮ ਆ ਸਾਟ। ਹਾਂ ਹਾਂ। ਤੇ ਕੋਸ਼ਿਸ਼ ਹੁੰਦੀ ਆ ਕਿਤੇ ਆਰਾਮਦੇਜ ਜਿਹਾ ਕੰਮ ਲੱਭ ਜਾਵੇ। ਬਸ ਟੈਲ ਪੱਥਰ ਦਾ ਹੀ। ਆਹ ਟੈਲ ਪੱਥਰ ਦਾ ਆ ਜਾਵੇ। ਹੋਰ ਆ ਜਾਵੇ ਪੱਥੇ ਦਾ ਕੋਈ ਵੀ। ਤੂੰ ਸੁਣਾ ਯਾਰ ਆ ਤੇਰੀਆਂ ਬੜੀਆ ਵੇ ਵੇ ਕਿਤੇ ਹੱਸਦਾ ਰਹਿਣਾ ਤੇਰਾ ਤਾਂ ਮੁਲਾਕਾਤ ਹੀ ਨਹੀਂ ਹੁੰਦੀ ਅੱਛਾ ਆਹੋ ਯਾਰ ਚੰਗਾ ਕੰਮ ਸ਼ੁਰੂ ਕੀਤਾ ਮਜ਼ਾ ਆ ਰਿਹਾ ਆਹੋ ਬੇਚ ਬੇਚੜੀਆ ਮੋਟਾ ਜਿਹਾ ਬਾਲੂ ਜੀ ਤਸਲੇਮ ਸਾਹਿਬ ਉਵੇਂ ਰਲੀ ਬਾਲੂ ਆਹੋ ਅੱਛਾ ਆਹੋ ਇਦਾਂ ਦੇ ਰੇੜੂ ਜੋ ਇੱਥੇ ਬਥੇਰੇ ਮੇਰੇ ਪਿੰਡ ਜਿਹਾ ਵੀ ਫਿਰਦੇ ਆ ਆ ਉਹਨਾਂ ਨਾਲ ਵੀ ਉਹੋ ਹੀ ਕਰਦਾ ਰਹਿਣਾ ਓਏ ਜੋ ਤੂੰ ਮੈਨਾਂ ਕਰਦਾ ਰਿਹਾ ਓਏ ਨਹੀਂ 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 ਉਹਨੂੰ ਕਹਿਣਾ ਕਹਿ ਬਹਾਨੇ ਤੋਂ ਲੈ ਜਨਾ ਕੋਈ ਤੇ ਨਾ ਕਿਤੇ ਫਸਾ ਦਿੰਦਾ ਯਾਰ ਆਹੋ ਇਦਾਂ ਹੀ ਡਾਲਰ ਲੱਗੀਆਂ ਰੌਣਕਾਂ ਆ ਲੱਗੀਆਂ ਬੱਲੇ ਰੱਬ ਤੇਰੀ ਇਦਾਂ ਹੀ ਖੇਡ ਯਾਰ ਬਣਾਈ ਰੱਖੇ ਮਾਂ ਕਹਿੰਦਾ ਇਦਾਂ ਹੀ ਤੈਨ ਦੋਗਣੀ ਤਾਂ ਰਾਤ ਤੋਂ ਸੌਂ ਕੇ گزارੇ ਆ ਵਾਓ ਟੱਕ ਟੱਕ ਤਾਂ ਲੱਗਿਆ ਟਾਈਮ ਤਾਂ ਇੱਧਰ ਵੀ ਮਰ ਲਿਆ ਕਰ ਮਰੇ ਵਾਲੀ ਵੀ ਆ ਜਾ ਜੀ 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 ਸਰਦ ਮੈਂ ਲਾਉਂਗਾ ਚੱਕਰ ਯਾਰ ਕਿਸ ਟਾਈਮ ਤਕਾਇਦ ਨਾ ਯਾਰ ਮਾਰਾ ਜਾਣਾ ਆਪਣੀ ਸਿਹਤ ਦਾ ਵੀ ਖਿਆਲ ਕਰਾ ਕੇ ਕੰਮਾਂ ਦੇ ਵਿੱਚ ਨਹੀਂ ਕਰੀਦਾ ਹੋਵੇ ਬਹੁਤ ਮੁੜ ਕੇ ਫਿਰ ਬੰਦਾ ਸਿਹਤ ਵੀ ਤੰਗ ਹੁੰਦਾ ਹਾਂ ਹਾਂ ਨਹੀਂ 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 ਆ ਕੀ ਖਾਣਾ ਬੈਣਾ ਹੁਣ ਉੱਠ ਕੇ ਸਵੇਰੇ 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 ਸੋਚ ਨਹੀਂ ਕਾੜਨਾ ਨਹੀਂ ਨਹੀਂ ਤੇ ਬਸ ਸੋਚੀ ਕਾਲੀ ਪਿਆ ਨਹੀਂ ਦੋ ਤਰ੍ਹਾਂ ਦੀਆਂ ਚੀਜ਼ਾਂ ਆ ਜਾਂ ਤੇ ਨਿਹਾਰ ਉੱਠ ਕੇ ਅਨਾਰ ਖਾਣਾ ਆਸ਼ਾ ਜਾਂ ਫੇ ਇੱਕ ਸੇਬ ਖਾ ਲੈਣਾ ਆਸ਼ਾ ਉਸ ਤੋਂ ਬਾਅਦ ਫਿਰ ਉਹ ਲੈ ਕੇ ਨਾ ਦੇਸੀ ਸ਼ਹਿਦ ਛੋਟੀ ਮੱਖੀ ਦਾ ਛੋਟੀ ਦਾ ਹਾਂ ਆਛਾ ਤੇ ਉਹਦੇ ਵਿੱਚ ਨਿੱਕੇ ਨਿੱਕੇ ਬਰੀਕ ਬਰੀਕ ਕਰਕੇ ਲਸਣ ਉਹ ਮੈਂ ਭਿੰਦੇ ਨਾਲ ਇਕੱਠਾ ਹੀ ਵਾ ਵਾ ਫਿਰ ਉਹ ਚੋਂ ਇੱਕ ਚਮਚੀ ਚੁੱਕ ਕੇ ਹਾਂ ਤੇ ਉਹ ਗਰਮ ਪਾਣੀ ਨਾਲ ਨਿੰਬੂ ਪਾ ਕੇ ਹਾਂ ਤੇ ਫਿਰ ਅੱਧੇ ਘੰਟੇ ਬਾਅਦ ਇਹ ਆ ਕਿ ਇੱਕ ਰੋਟੀ ਆਛਾ ਤੇ ਰਾਤ ਦਾ ਸਾਲਣ ਆਛਾ ਫਿਰ ਅੱਧੇ ਘੰਟੇ ਬਾਅਦ ਇੱਕ ਚਾਹ ਦਾ ਕੰਪ ਬੱਲੇ ਬੱਲੇ ਖਰਾਕਾ ਤਾਂ ਸਾਰਿਆਂ ਹੋ ਉਹ ਤਾਂ ਖਾਣਾ ਜਿਹੜੇ ਨਾਲ ਹਫਤੇ ਚੱਕਲ ਆ ਜਾਂਦੀ ਆ ਮਤਲਬ ਤੈਨੂੰ ਤਾਂ ਸਾਲੋਂ ਸਾਲ ਤੋਂ ਨਹੀਂ ਆਉਂਦੀ ਇਹ ਕੀ ਫਰਕ ਹੈ ਤੈਨੂੰ ਨਹੀਂ ਪਾਉਂਦੀਆਂ ਖਰਾਕ ਆ ਛੋਟੀ ਮੱਖੀ ਦਾ ਸ਼ਾਇਦ ਤੁਖਾ ਕੇ ਵੇਖ ਲਿਆ ਅਕਲ ਤੇ ਤੈਨੂੰ ਕਾਏ ਕੋਈ ਨਾ ਤਾਂ ਤੂੰ ਭੁੰਡਾ ਦਾ ਸ਼ਹਿਰ ਕਿਤੇ ਪੀ ਕੇ ਵੇਖ ਅੱਛਾ ਆਹ ਛਾੜਿਆ ਦੀ ਹੋਈ ਗੱਲ ਹੁੰਦੀ ਆ ਨਾ ਯਾਰ ਹਾਂ 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 ਤੱਕਦਾ ਚੇਤਾ ਕੀਤਾ ਉਹ ਚੇਤਾ ਇਦਾਂ ਕੀਤਾ ਕਿ ਕੱਲ ਆਏ ਸੀ ਮੇਰੇ ਦੋਸਤ ਨੇ ਪ੍ਰੋਫੈਸਰ ਸਾਹਿਬ ਆ ਪੜਾਉਣ ਪੜਾਉਣ ਆਲੇ ਹਾਂਜੀ ਬਾਸ਼ਾ ਡਾਕਟਰ ਨੇ ਨੋ ਆ ਲੈ ਪ੍ਰੋਫੈਸਰ ਕਈ ਨਾ ਨਹੀਂ ਨਹੀਂ ਪ੍ਰੋਫੈਸਰ ਡਾਕਟਰ ਉਹ ਵੀ ਪ੍ਰੋਫੈਸਰ ਹੀ ਹੁੰਦੇ ਦੋਵੇਂ ਕੰਮ ਕਰਦਾ ਦੋਵੇਂ ਕੰਮ ਕਰਦਾ ਅੱਛਾ ਤੇ ਉਹ ਨਾ ਮੈਡੀਕਲ ਕਾਲਜ ਆ ਨਾ ਜਿੱਥੇ ਡਾਕਟਰ ਬਣਾਉਂਦੇ ਆ ਆਹੋ ਜਿੱਥੇ ਪੜ੍ਹਦੇ ਆ ਕੋੜੇ ਮੁੰਡੀਆਂ ਹਾਂ ਆਹੋ ਉਹਨਾਂ ਨੂੰ ਤੇ ਉਹ تعلیم ਦਿੰਦਾ ਹੈ ਤਲੀਮ ਦਿੰਦਾ ਤਲੀਮ ਦਿੰਦਾ ਅੱਛਾ ਤੇ ਉਹ ਆਏ ਬੈਠੇ ਤੇ ਰੋਟੀ ਖਾ ਕੇ ਜਿਹੜੇ ਵਿਹਲੇ ਹੋਏ ਤੇ ਮੈਨੂੰ ਕਹਿੰਦੇ ਕਿ ਰਣਨ ਸਾਹਿਬ ਪਹੁੰਚਿਆ ਹਾਂ ਜੀ ਕੀ ਤੂੰ ਮੋਸੋਸਿਆਬ ਸੋਸਿਆਕੋ ਬੋਲਣ ਆਇਆ ਮੈਂ ਆਹੋ ਨਹੀਂ ਨਹੀਂ ਸੋਸਿਆ ਤਾਂ ਨਹੀਂ ਗਿਆ ਯਾਰ ਅਰਗਰ ਨਾਲ ਕੇ ਕੋ ਬਾਸ਼ਮਸ਼ੀਨ ਲਾਈ ਆ ਬੋ ਹੋਰ ਵੀ ਆ ਰੇ ਕੰਮ ਤੇ ਲੱਗ ਨਹੀਂ 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 ਤੇ ਤੂੰ ਨਾ ਸ਼ਰਾਰਤੀ ਸ਼ਰਾਰਤੀ ਸੋਣਾ ਲੱਗਦਾ ਜਾਜ ਅੱਛਾ ਆਹੋ ਤੂੰ ਸੀਰੀਅਸ ਹੋ ਮੈਂ ਤਾਂ ਮੋਤਾ ਕਹਿੰਦਾ ਪਹਿਲਾਂ ਇਹੋ ਜਿਹਾ ਹਾਇਤ ਨਹੀਂ ਜੋ ਬਣਨਦੇ ਅੱਛਾ ਮੈਨੂੰ ਕਹਿੰਦੇ ਯਾਰ ਤੂੰ ਉਹ ਮੰਮੀਆਂ ਦੇਖੀਆਂ ਹਾਂ ਮੰਮੀਆਂ ਮੈਂ ਕਹਿਆ ਯਾਰ ਮੰਮੀ ਹੁੰਦੀ ਐ ਅੰਬੀਆਂ ਹੁੰਦਾ ਯਾਰ ਅੰਮੀਆਂ ਹਾਂ ਓਏ ਅੰਬੀਆਂ ਦੀ ਗੱਲ ਕੀਤੀ ਹੋਣੀ ਉਹਨਾਂ ਯਾਰ ਨਹੀਂ ਨਹੀਂ ਹਾਂ ਤੇ ਮੈਂ ਕਿਹਾ ਉਹ ਕੀ ਕਹਿੰਦਾ ਕਿ ਉਹ ਜਿਹੜੀਆਂ ਹੁੰਦੀਆਂ ਜਿਹੜੇ ਪੁਰਾਣੇ ਮੁਰਦੇ ਹੁੰਦੇ ਸੀ ਨਾ ਪੁਰਾਣੇ ਮੁਰਦੇ ਤਾਂ ਕੀ ਮਰਾਤ ਪਹਿਲੇ ਕੋਈ 5 10 20 ਹਜ਼ਾਰ ਸਾਲ ਪਹਿਲੇ ਨਾ ਅੱਛਾ ਉਹ ਬੰਦੇ ਜਿਹੜੇ ਮਰਦੇ ਸੀ ਉਹਨਾਂ ਨੂੰ ਲੂਣ ਛੂਣ ਮਸਾਲਾ ਮਸੂਲਾ ਲਾ ਕੇ ਨਾ ਹਾਂ ਤੇ ਉਹ ਟਾਕੀਆਂ ਟੁਕੀਆਂ ਬਨ ਕੇ ਤੇ ਉਹ ਛੀਛੂਛੇ ਜੀਆਂ ਕਿਸੇ ਤਬੂਤ ਤਬਾਦ ਤੇ ਨਾ ਰੱਖ ਲੈਂਦੇ ਹੁੰਦੇ ਸੀ ਬੰਦਿਆਂ ਨੂੰ ਬੰਦਿਆਂ ਨੂੰ ਦੇਖੇ ਨਹੀਂ ਕਦੀ ਤੂੰ ਕਿਤੇ ਦਿਖਾਇਆ ਤਸਵੀਰਾਂ ਤਸੁਰਾਂ ਕਿਸੇ ਨੇ ਨਹੀਂ ਮੈਂ ਅੱਜ ਦਾ ਮੋਬਾਈਲ ਤੇ ਮੁੰਡਿਆਂ ਨੇ ਇੱਕ ਦੋ ਵਾਰੀ ਦਿਖਾਇਆ ਇੱਕ ਬੰਦਾ ਜਿਆ ਉਹਨੂੰ ਪਤਾ ਨਹੀਂ ਕਿ ਪੱਟੀਆਂ ਜਲ ਬੈਟੀਆਂ ਤੇ ਹਾਂ ਹਾਂ ਉਹੀ 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 ਹਾਈ ਕਈ ਜੰਦਾ ਸੀ ਅੱਬਾ ਜੀ ਇਹ ਹੈ ਅੰਬੀ ਆ ਆ ਮੰਮੀ ਨਹੀਂ ਅੰਬੀ ਨਹੀਂ ਮੰਮੀ ਮੰਮੀ ਹਾਂ ਮੰਮੀ ਉਹ ਨਹੀਂ ਬੰਦਾ ਤੁਸੀਂ ਯਾਰ ਅੰਮੀ ਨਹੀਂ ਮੰਮੀ ਉਹ ਯਾਰ ਮੈਂ ਬੰਦੇ ਦੀ ਦੇਖੀ ਬੰਦੇ ਨੂੰ ਹੁਣ ਮੰਮੀ ਤਾਂ ਨਹੀਂ ਨਾ ਕਹਣਾ ਪੰਦਰੋਂ ਕਿਤਾ ਕਾਹਦਾ ਲਾ ਯਾਰ ਮੰਮੀ ਉਹ ਪਾਪਾ ਹੋਣਾ ਯਾਰ ਉਹ ਮੰਮੀ ਥੋੜੀ ਕਹਣਾ ਉਹਨੂੰ ਨਹੀਂ ਉਹਨੂੰ ਅੰਗਰੇਜ਼ੀ ਚ ਕੋਈ ਰੋਲਾ ਹੋਊਗਾ ਨਾ ਉਹ ਮੰਮੀ ਕਹਿੰਦੇ ਆ ਉਹਨੂੰ ਮੰਮੀ ਕਹਿੰਦੇ ਆ ਤੇ ਮੈਨੂੰ ਕਹਿੰਦੇ ਯਾਰ ਮੈਂ ਆਪਣੇ ਨਾ ਜਿਹੜੇ ਮੇਰੇ ਸ਼ਾਗਿਰਦ ਨੇ ਬਹੁਤ ਛਾ ਸਟੂਡੈਂਟ ਸ਼ਾਗਿਰਦ ਤਾਂ ਉਹ ਸਟੂਡੈਂਟ ਆ ਜਿਹੜਾ ਡਾਕਟਰ ਬਣਨਾ ਹੈ ਬਹੁਤ ਛਾ ਕਹਿੰਦੇ ਯਾਰ ਉਹਨਾਂ ਨੂੰ ਮੈਂ ਨਾ ਮੰਮੀ ਤੇ ਕਰਾਉਣਾ ਇੱਕ ਤਜਰਬਾ ਉਹ ਯਾਰ ਹਾਲਾ ਚੋਨਾ ਛਦਾ ਪਤਰਾ ਘਰ ਮਮਮੀ ਮੇਰੇ ਦੇਹ ਅੰਮੀ ਆ ਜਾਂਦੀ ਹੈ ਨਹੀਂ ਨਹੀਂ ਅੰਮੀ ਨੇ ਨਾ ਮੰਮੀ ਉਹ ਜਿਹੜੀ ਹੁੰਦੀ ਹੈ ਮੰਮੀ ਹਾਂ ਤੇ ਉਹ ਕਹਿੰਦੇ ਯਾਰ ਇੱਥੋਂ ਕੋਈ ਆਪਣੇ ਉਹਨੇ ਮੈਨੂੰ ਤਸਵੀਰ ਦਿਖਾਈ ਇੱਕ ਨਹੀਂ ਉਹ ਜਿਹੜਾ ਬੰਦਾ 10 20 ਹਜ਼ਾਰ ਸਾਲ ਪਹਿਲੇ ਮਰ ਗਿਆ ਉਹਦਾ ਕੀ ਕਰਨਾ ਉਹ ਬੰਦਾ ਕਿੱਥੇ ਉਹ ਤਾਂ ਮਿੱਟੀਆਂ ਥੱਲੇ ਹੁਣ ਹਾਂ ਨਹੀਂ ਉਹਨੇ ਮੈਨੂੰ ਉਹਦੀ ਫੋਟੋ ਦਿਖਾਈ ਨਾ ਅੱਛਾ ਉਹ ਬੰਦੇ ਦੀ ਬੰਦੇ ਦੀ ਮੰਮੀ ਦੀ ਅਛਾ ਫੋਟੋ ਉਹ ਜਿਹੜਾ ਵੀ ਸੀ ਹਾਂ ਅਛਾ ਮੰਮੀ ਦੀ ਫੋਟੋ ਦਿਖਾਈ ਹਾਂ ਮੰਮੀ ਦੀ ਦਿਖਾਈ ਫੋਟੋ ਅਛਾ ਕਹਿੰਦੇ ਕਿ ਰਾਣਾ ਸਾਹਿਬ ਗੱਲ ਇਹ ਆ ਕਿ ਮੈਂ ਘਰ ਬੈਠਾ ਗੱਲ ਆਪਣੇ ਸਟੂਡੈਂਟਾਂ ਨਾਲ ਬਹੁਤ ਹੀ ਗੱਲ ਕਰਦੇ ਕਿ ਮੈਂ ਤੁਹਾਨੂੰ ਮੰਮੀ ਲਿਆ ਕੇ ਦਊਂਗਾ ਅਛਾ ਤੇ ਉੱਤੇ ਤੁਸੀਂ ਤਜਰਬਾ ਕਰਿਓ ਮੰਮੀ ਤੇ ਯਾਨੀ ਕੋ ਮਰੇ ਹੋਏ ਬੰਦੇ ਤੇ ਹਾਂਜੀ ਕਾਹਦਾ ਤਜਰਬਾ ਉਹਨਾਂ ਡਾਕਟਰਾਂ ਨੇ ਕੋ ਆਪਣੀ ਪੜ੍ਹਾਈ ਲਿਖਾਈ ਅਛਾ ਬਈ ਆ ਦਿਲ ਹੁੰਦਾ ਗੁਰਦਾ ਹਾਂ ਪਰ ਯਾਰ ਉਹ ਆਈ ਨਹੀਂ ਰਹਾ ਮਹੌਗੀ ਮਰੇ ਉਹ ਕਿੱਥੇ ਉਹ ਮਿੱਟੀ ਹੋ ਗਿਆ ਹੁਣ ਉਹ ਤਾਂ ਨਹੀਂ 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 ਉਹ ਮਸਾਲੇ ਲਾਏ ਹੁੰਦੇ ਇਹ ਵੀ ਕੰਮ ਹੁੰਦਾ ਸੀ ਹਾਂ ਮਸਾਲੇ ਲਾ ਕੇ ਉਦਾਂ ਦਾ ਉਦਾਂ ਹੀ ਬੰਦਾ ਜਿੱਦਾਂ ਦਾ ਸਬੂਤਾ ਪਾਇਆ ਹਾਂ ਹਾਂ ਬੱਟੇ ਠਾ ਯਾਨੀ ਹਾਂ ਤੇਰੇ ਹਰਗਾ ਆਛਾ ਪਰ ਤੇ ਤਸਵੀਰ ਕੱਢ ਕੇ ਦਿਖਾਈ ਕਹਿੰਦੇ ਰਾਣਾ ਸਾਹਿਬ ਉਹ ਜਿੱਥੇ ਮੈਂ ਗੱਲ ਕੀਤੀ ਸੀ ਨਾ ਬਾਹਰਲੇ ਮੁਲਕ ਮੰਮੀ ਲਿਆਉਣ ਤੋਂ بادشاہ ਮੰਗਾਉਣੀ ਸੀ ਕਿ ਤੂੰ ਹੋਰ ਮਗਾਉਣੀ ਆ ਕਿਤੇ ਬਾਹਰਲੇ ਮੁਲਕੋਂ بادشاہ ਇਹ ਤਾਂ ਮਿਲ ਜਾਂਦੀਆਂ ਮਿਲ ਜਾਂਦੀਆਂ ਹਾਂ ਬਾਛਾ ਤੇ ਕਹਿੰਦਾ ਯਾਰ ਉਹਨਾਂ ਨਾਲ ਸੌਦਾ ਨਹੀਂ ਬਣਿਆ ਉਹ ਮੁੱਕਰ ਗਏ ਅਛਾ ਤੇ ਹੁਣ ਮੈਂ ਨਿਆਣੇ ਨਾਲ ਗੱਲ ਕੀਤੀ ਹੋਈ ਹੈ ਕੋਈ ਬਤਿਹਰਾ ਕਰਨਾ ਤਜਰਬਾ ਕਰਨਾ ਤੇ ਆਹ ਤਸਵੀਰ ਜ਼ਰਾ ਦੇਖ ਤੇ ਦੇਖ ਕੇ ਦੱਸ ਕੋਈ ਇਦਾਂ ਦਾ ਰਲਦਾ ਮਿਲਦਾ ਬੰਦਾ ਤੇਰੇ ਜ਼ਿਹਨ 'ਚ ਹੋਵੇ ਤੈਨੂੰ ਤਾਂ ਖਾਈ ਹੋਰ ਹਾਂ ਉਹ ਯਾਰ ਉਹ 10 20 ਹਜ਼ਾਰ ਸਾਲ ਪਹਿਲੇ ਤੇ ਬੰਦਿਆਂ ਦੇ ਨਕਸ਼ਣਾਂ ਨਹੀਂ ਹੋਰ ਹੁੰਦੇ ਸੀ ਪਰ ਇੱਥੇ ਕਿਤੇ ਬੰਦੇ ਹੋ ਜਿਲੇ ਉਹਨੇ ਮੈਨੂੰ ਦਿਖਾਈ ਨਾ ਤਸਵੀਰ ਚਾਚਾ ਬਿਸ਼ਾਰਤ ਉਹ ਮੁਰਦਾ ਦੀ ਹਾਂ ਬਾਛਾ ਇਹ ਤਸਵੀਰ ਇੰਜ ਕੇ ਚਾਚਾ ਬਿਸ਼ਾਰਤ ਜਿਵੇਂ ਤੈਨੂੰ ਲਕੋ ਲੋ ਤਾਂ ਉਹਨੂੰ ਕੱਢ ਲਓ ਨਹੀਂ ਨਹੀਂ ਯਾਰ ਮੈਂ ਨਾ ਕਿੱਥੇ ਰਲਾਈ ਜਾਣਾ ਯਾਰ ਤੋਂ ਨਹੀਂ ਨਹੀਂ ਚਾਚਾ ਬਿਸ਼ਾਰਤ ਉਦਾਂ ਦਾ ਹੀ ਤਿੱਖਾ ਜਿਹਾ ਨੱਕ ਜਿਦਾਂ ਤੇਰੀ ਅੱਖਾਂ ਕੰਨ ਵੀ ਤੇਰੇ ਵਰਗੇ ਅੱਛਾ ਹੱਥਾਂ ਦੀਆਂ ਉਂਗਲਾਂ ਵੀ ਲੰਮੀਆਂ ਲੰਮੀਆਂ ਜੀਆਂ ਮੇਰੇ ਵਰਗੀਆਂ ਹਾਂ ਤੇ ਚਗਾਠਾ ਵੀ ਸਾਰਾ ਨਾ ਮਤਲਬ ਕਿ ਹਾਰਡ ਜਿਹਾ ਸਿੰਗਲ ਜਿਹਾ ਮੇਰੇ ਵਰਗਾ ਹਾਂ ਮੈਂ ਪੁਛਾਰਤ ਹੋਣਾ ਬਾਣਾ ਕਾਦੇ ਯਾਰ ਕਿ ਕਿਹੜੀ ਗੱਲ ਆ ਰੱਬ ਨੇ ਇੱਕ ਤਰ੍ਹਾਂ ਦੇ ਬੰਦੇ ਸੱਤ ਸੱਤ ਇੱਕ ਸ਼ਕਲ ਦੇ ਨਾਲ ਰਲਦੇ ਮਲਦੇ ਬੜਾਏਗਾ ਉਹ ਤਰ੍ਹਾਂ ਲੱਗ ਗਈ ਹੋ ਐਸੇ ਕੱਲ ਕੀ ਆ ਬੰਨੋਗਾ ਤਾ ਕੱਲ ਤੇ ਆ ਬੰਨ ਮੈਂ ਕਿਹਾ ਜੀ ਡਾਕਟਰ ਸਾਹਿਬ ਕਹਿੰਦੇ ਜੀ ਰਾਣਾ ਸਾਹਿਬ ਕੱਲ ਇਹ ਕਮਰਾ ਖੋਲਾ ਜਾ ਤੂੰ ਕੀ ਕਿਹਾ ਮੈਂ ਕਿਹਾ ਜੀ ਡਾਕਟਰ ਸਾਹਿਬ ਹੁਣ ਤਨੋ ਕੋ ਕੀ ਕਿਹਾ ਜੀ ਰਾਣਾ ਸਾਹਿਬ ਕੋਸਾ ਕੋਤੇ ਤੇ ਆ ਪੋਟਰਾ ਤੂੰ ਇਹ ਤਾਂ ਵੇਖ ਲਾ ਵੀ ਇੱਕ ਪ੍ਰੋਫੈਸਰ ਆ ਬੰਦਾ ਯਾਰ ਹਾਂ ਉਹਨੇ ਵੀ ਤੈਨੂੰ ਸਾਹ ਯਾਰ ਤੈਨੂੰ ਸਾਹ ਕਿਉਂ ਕਹੇ ਮੇਰੇ ਤਾਂ ਇਹ ਇਹ ਨਹੀਂ ਸਮਝ ਆਉਂਦੀ ਹਰ ਬੰਦੇ ਨੂੰ ਪਤਾ ਵੀ ਇਹਨੂੰ ਸਾਹ ਕਹਿਣਾ ਯਾਰ ਅਛਾ ਫੇਰ ਤੇ ਮੈਂ ਕਿਹਾ ਜੀ ਅਗਰ ਮੈਂ ਤੁਹਾਨੂੰ ਮੰਮੀ ਵਰਗਾ ਬੰਦਾ ਹਾਜ਼ਰ ਕਰਦੇ ਆ ਅੱਜ ਦਾ ਉਹਨੇ ਫੋਟੋ ਦਿਖਾਈ ਜਿੱਦਾਂ ਦੀ ਫੋਟੋ ਦਿਖਾਈ ਤੇ ਫਿਰ ਤੁਹਾਡਾ ਕੰਮ ਹੁੰਦਾ ਹੈ ਫਿਰ ਤੁਹਾਡਾ ਗੱਲ ਰਹਿ ਜਾਏਗੀ ਤੁਹਾਡੀ ਆਪਣੇ ਸ਼ਾਗਿਰਦਾਂ ਅੱਗੇ ਕੀ ਕਿਥੋਂ ਕਰਨਾ ਬੰਦਾ ਕੀ ਕਰਨਾ ਤੇ ਕਹਿੰਦਾ ਜੀ ਜੀ ਰਾਣਾ ਸਾਹਿਬ ਫੇ ਮੇਰੀ ਗੱਲ ਰਹਿ ਜਾਏਗੀ ਤੇ ਸਾਰੀ ਜ਼ਿੰਦਗੀ ਦਾ ਤੁਹਾਡਾ ਮੇਰੇ ਤੇ ਹਸਾਨ ਹੋਏਗਾ ਬੋਸ਼ਾ ਤੇ ਉਸ ਸਿਲਸਿਲੇ 'ਚ ਚਾਚਾ ਬਿਸ਼ਾਰਤ ਤੁਹਾਨੂੰ ਮੈਂ ਫੋਨ ਕੀਤਾ ਮੈਨੂੰ ਹਾਂ ਮੈਨੂੰ ਕੱਲੇ ਫੋਨ ਕੀਤਾ ਮੈਂ ਮੰਮੀਆਂ ਵੇਚ ਤਾਂ ਮੈਂ ਕੋ ਫਾਕਰਿਆ ਮੰਮੀਆਂ ਦੀ ਵੈਨਾ ਕਾ ਦਾ ਰਾਬਤਾ ਕੀਤਾ ਬਬਾ ਮੈਨੂੰ ਕੋ ਪਛਾਣ ਕਰਾਉਣੀ ਆ ਕੱਲ ਤੇ ਆ ਕਾਮ ਤੇ ਆ ਬਲ ਕੇ ਕੋਕਾ ਮਾਤਾ ਕੰਮ ਤੇ ਗਿਆ ਕੋਈ ਨਹੀਂ ਪਰ ਤੂੰ ਤਾਂ ਕੰਮ ਤੇ ਆ ਆਹਾ ਮੈਂ 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 ਕੀ ਕਰਨਾ ਭਾਈ ਤੇ ਚਾਚਾ ਬਿਸ਼ਰਾ ਤੂੰ ਆਉਣਾ ਸਵੇਰੇ ਤੈਨੂੰ ਉੱਥੇ ਪਹੁੰਚਾਉਣਾ ਹਸਪਤਾਲ ਮੈਨੂੰ ਹਾਂ ਮੈਨੂੰ ਹਸਪਤਾਲ ਕਿ ਪਹੁੰਚਾਉਣਾ ਮੈਂ ਦਵਾਈ ਉਹ ਯਾਰ ਖੋਲ ਕੇ ਛੇਤਰਖਾਨ ਵਾਲੀ ਗੱਲ ਕਰ ਮੈਨੂੰ ਬੁਝਾਰਤਾ ਨਾ ਪਾ ਬੋਤੀਆਂ ਤੇ ਉਹਨਾਂ ਨੇ ਚਾਚਾ ਬਿਸ਼ਰਾ ਤੈਨੂੰ ਬਣਾਉਣਾ ਮੰਮੀ ਮੈਨੂੰ ਹਾਂਜੀ ਉਹ ਲਾਸ਼ ਬਣਾਉਣਾ ਹਾਂਜੀ ਹਾਂਜੀ ਮੈਨੂੰ ਹਾਂਜੀ

ਮਮੇ ਬੰਨਾ ਤਾਂ লাশ ਬੰਨਾ ਹਮ ਸ਼ਾਇਸ਼ਲੇ ਹਾਂਜੀ ਹਮੇਸ਼ਾ ਹਮੇਸ਼ਾਲੇ ਹਾਂਜੀ ਫਿਰ ਆ ਜਾ ਰਾਤ ਤਾਂ ਪਈ ਹੋਈ ਆ ਬਾ ਮੇਰਾ ਗਲਾ ਘੁੱਟਦੇ ਖੋਤੇ ਤੇ ਆ ਪੁੱਤਰਾ ਮੇਰਾ ਗਲਾ ਘੁੱਟਦੇ ਜਾਂ ਕਰ ਮੈਂ ਮਾ ਮਾ ਭਾਵਾਂ ਲੱਕੜ ਦੀ ਮੰਜੀ ਤੇ ਬੈਠਾ ਤੂੰ ਕਰੰਟ ਲਾ ਦੇ ਮੇਰੀ লাশ ਕਰ ਦੇ ਓਏ ਓਏ ਕੋਈ লাশ ਨੂੰ ਹੱਥ ਮਾਰ ਤੂੰ ਤੂੰ ਆ ਗਿਆ ਫਿਰ ਵਾਲੋ ਚਾਰ ਕ ਮਹੀਨਾ ਬਾਅਦ ਫਿਰ ਮੇਰਾ ਮੈਨੂੰ ਲਾਲ ਪੀਲਾ ਕਰਨ ਮੈਨੂੰ ਮੈਂ ਜਿੰਦਾ ਜਾਗਦਾ ਆ ਯਾਰ ਮੇਰਾ ਕੀ ਕਰਨਾ ਉਹਨਾਂ ਨੇ ਡਾਕਟਰਾਂ ਨੇ ਤੇ ਛੇਕਰਦਾਨ ਇਹ ਹੈ ਕਿ ਪਹਿਲ ਲੈਣਾ ਚਾਹੀਦਾ ਬਿਸ਼ਾਰਤ ਤੇ ਦਸ ਪੁੱਟਾਂ ਦੇ ਤੈਨੂੰ ਨਾ ਇੱਕ ਕਰਨਾ ਤਬੂਤ ਚ ਬੰਦ ਮੈਨੂੰ ਹਾਂਜੀ ਆ ਕੋ ਮਾਤਰੀ ਦਾਦੀ ਦਾ ਜੇਵਰ ਆ ਮੈਨੂੰ ਤਾਂ ਬਹੁਤ ਚੇਤ ਕਰਨਾ ਕੀ ਗੱਲ ਆ ਮੈਂ ਮਰਜ਼ਾਈਆਂ ਸਰਦੀਆਂ ਦੀ ਆ ਇੱਕ ਪੈਪ ਲਾ ਦੇਣਗੇ ਜਿੱਥੇ ਤੈਨੂੰ ਸਾਹ ਸੁ ਆਜ ਜਾਏਗਾ ਕੁੱਤਾ ਦੀ ਪੋਸ਼ ਗੋਤਾ ਦੀ ਪੋਸ਼ ਪੋਸ਼ ਜਿਹੜਾ ਪੈਪ ਰਬੜ ਲਾਇਆ ਉਹ ਸਹੀ ਨਹੀਂ ਚੱਲਦਾ ਮੈਨੂੰ ਕਹ ਕਾਹਦੇ ਲਈ ਇਹ ਪਾਪ ਲੌੜਾ ਮੈਂ ਨਾ ਨਹੀਂ ਪਾੜੀ ਆ ਮੈਨੂੰ ਕਹਦੇ ਪਾਪ ਲੌਣਾ ਤੇ ਇਹ ਆ ਕਿ 2 ਕੁ ਮਹੀਨੇ ਨਾ ਤੇ ਇਹ ਪਿੰਡੇ ਦੇ ਟਾਕੀਆਂ ਟੁੱਕੀਆਂ ਬਣ ਕੇ ਤੈਨੂੰ ਗਾਰੇ ਚ ਸੁੱਟ ਦੇਣਾ ਭੱਲਾ ਭੱਲਾ ਤੇ ਰੱਖ ਪਿੰਡੇ ਦੇ ਟਾਕੀਆਂ ਟੁੱਕੀਆਂ ਟਾਕੀਆਂ ਵੱਲ ਕੇ ਨਾ ਮੇਰਾ ਪਿੰਡ ਹਾਂਜੀ ਤੈਨੂੰ ਛੱਡ ਦੇਣਾ ਗਾਰੇ 'ਚ ਯਾਨੀ ਕਿ ਬਾਰੇ ਪਿੰਡ ਤੇ ਪਟਾਕੀਆਂ ਮੇ ਬੰਨੀਆਂ ਹਾਂਜੀ ਮਤਲਬ ਮੈਂ ਕੋੜੇ ਖਾ ਕੇ ਮਰਨਾ ਗਾਰੇ 'ਚ ਮੈਨੂੰ ਛੱਡ ਦੇਣਾ ਗਾਰੇ 'ਚ ਇਹ ਓ ਕਸਾ ਭੋੜਦੇ ਆ ਬੱਚਿਆ ਮੈਨੂੰ ਗਾਰੇ 'ਚ ਕਾਲੀ ਛੱਡਣਾ ਮੈਂ ਨਿਆਣਿਆਂ ਦੀ ਗੇਜ ਆ ਗਾਰੇ 'ਚ ਮੈਨੂੰ ਕੋਈ ਛੱਡਣਾ ਮੈਂ ਕਿਸੇ ਦਾ ਕੰਮ ਤਾਂ ਨਹੀਂ ਯਾਰ ਕੀ ਕਰਨਿਆ ਆਜਾਜ 10 ਕੁ ਫੁੱਟ ਗਾਰੇ 'ਚ ਸਟਕ ਕੇ ਨਾ ਉੱਤੋਂ ਵਾਂਸ ਤੇਰੇ ਢੇਡੇ ਤੇ ਰੱਖ ਕੇ ਮੇਰਾ ਹਾਂ ਵਾਸ ਰੱਖ ਕੇ ਜ਼ੋਰ ਨਾ ਥੱਲੇ ਨੂੰ ਜ਼ੋਰ ਲਾਉਣਾ ਨਾ ਜਿਹੜਾ 15 ਕੁ ਫੁੱਟ ਥੱਲੇ ਚਲੇ ਜਵੇਂ ਗਾੜੀ ਵਾਸ ਸਟਾਪ ਸਟਾਪ ਆ ਜਾ ਬੰਦ ਨੂੰ ਕਰ ਨਾ ਆ ਕਾ ਕਾ ਗਾਗੜ ਦਿਆ ਬੱਚਿਆ ਕਦਾ ਪੁੱਠੀ ਬਾਤ ਆ ਲੈ ਮਮਾ ਮਾਰਾ ਮਾਰਾ ਤਖਤੀ ਤੇਰੇ ਮਨ ਨੂੰ ਲਾ ਸਾਧ ਮੈਨੂੰ ਕੀ ਬਣਾਉਣਾ ਵਾ ਤੋ ਮਮੇ ਹਾਂ ਪੈਪ ਤੇਰੇ ਮੂੰਹ ਚ ਹੋਏਗਾ ਮੇਰੇ ਮੂੰਹ ਚ ਪੈਪ ਉਥੇ ਸਾਹ ਆ ਹੀ ਜਾਏਗਾ ਕਿ ਨਹੀਂ ਚੁਦਾ ਕਨਾਈ ਚਾ ਬਾਰਾਂਂਟ ਦਾ ਬਾਰਾਂਂਟ ਦਾ ਬਾਰਾਂਂਟ ਆਹ ਕਿ ਅਲਵੋਲਾ ਕੀ ਹੋਣੀ ਕਰ ਨਹੀਂ ਓਏ ਆ ਚਕੂ ਤਰ ਅਲਵੋਲਾ ਨਹੀਂ ਆਗਾ ਨਹੀਂ ਪੀਟ ਰਾ ਪਾ ਦੇ ਮੇਰੇ ਇੱਕ ਧੌਂ ਤੇ ਸਾਲਿਆ ਆ ਕਰ ਵੇ ਬੋਲੂ ਮੇਰੇ ਮੂੰਹ ਤੇ ਪਾਪ ਦੇ ਕਹਿੰਦਾ ਮੈਨੂੰ ਕਦਾ ਬੇਸੰਦ ਲਾਲ ਲਾ ਦੇ ਓ ਯਾਰ ਵਾ ਬੰਦਾ ਵਾ ਇਜਾਜ ਤੇਰਾ ਦਿਮਾਗ ਖਰਾਬ ਆ ਵਾ ਉਹਨਾਂ ਨੂੰ ਮੰਮੀ ਚਾਹੀਦੀ ਆ ਉਹਨਾਂ ਨੂੰ ਕਦਾ ਲਾਸ਼ ਵਾਲਾ ਪੜਦਾ ਮੁਰਜਾ ਮੈਂ ਨਹੀਂ ਬੰਦਾ ਮੰਮੀ ਮੈਂ ਨਹੀਂ ਤੇ ਆ ਕੇ ਨਾ ਤੇਰੀ ਮੰਮੀ ਨੂੰ ਸ਼ਿਕਾਇਤ ਲਾਉਣੀ ਓ ਮਤ ਦੱਸਾ ਮਾਤਾ ਦੇ ਮਮਿ ਨੂੰ ਆ ਗਿਆ ਪੁੱਤ ਦੱਸਾ ਗਿਆ ਕਿ ਕੁੱਕੇ ਨਿਆਣਾ ਤੂੰ ਤੇਰਾ ਪੁੱਤਰ ਘਰ ਜਬ ਆ ਗਿਆ ਫਰਤਾ ਜੀ ਤੂੰ ਪੁੱਟੀਆਂ ਜਿੱਦਾ ਮੇਰਾ ਮੇਰਾ ਕੀ ਕੰਮ ਆ ਮੈਨੂੰ ਕਾਲੀ ਪੱਟੀਆਂ ਲੇ ਬੈਠ ਰਹੀਆਂ ਯਾਰ ਮੈਂ ਨਾਲੇ ਤੂੰ 10 20 ਹਜ਼ਾਰ ਸਾਲ ਪੁਰਾਣੀ ਲੋਕਾਂ ਦੀ ਗੱਲ ਕਰਨੇ ਮੇਰਾ ਕੀ ਕੰਮ ਹੈ ਵਿੱਚ ਨਹੀਂ ਨਹੀਂ ਚਾਚਾ ਬਿਸ਼ਾਰਾ ਤੂੰ ਜਿਲੇ ਤੂੰ 2 ਕੁ ਮਹੀਨੇ ਰਹਿਣਾ ਨਾ ਕਰੇ ਚ 2 ਕੁ ਆ ਇਦੋ ਰੱਕ ਤੇ ਆਪੇ ਤੂੰ ਮੰਮੀ ਬਣ ਜਾਣਾ ਆ ਸ਼ਾਬਾਸ਼ ਹੈ ਆ ਸ਼ਾਬਾਸ਼ ਹੈ 2 ਕੁ ਮਹੀਨੇ ਮੈਂ ਘਾਰੇ ਚ ਰਹਿਣਾ ਆ ਆ ਠੀਕ ਓਏ ਮੈਂ ਨਾਲੀ ਦਾ ਡੱਡੂ ਆਂ ਮਨੋਕਲ ਗੱਲ ਆ ਡੱਡੂ ਬੂਆ ਮਨ ਅਦਾ ਮੈਂ ਘਾਰੇ ਚ ਕਿਉਂ ਰਹਿਣਾ ਮੇਰੀ ਮਨ ਪਸੰਦ ਜਗਾ ਮੈਂ ਘਾਰੇ ਚ ਕਿਉਂ ਰਹਿਣਾ ਮੈਨੂੰ ਵੇ ਦੱਸ ਸਸਰਾਲ ਆ ਮੇਰਾ ਮੈਂ ਘਾਰੇ ਚ ਤੁਰ ਰਹਿਣਾ ਮੇਰੇ ਮੇਰੇ ਦੇਚ ਇੱਕ ਘਾਰੇ ਨੂੰ ਕਲੋਨੀ ਕਹਿੰਦੇ ਆ ਜ਼ਿਲ੍ਹੇ ਹੁਣੇ ਨਾ 2 ਮਹੀਨੇ ਪੂਰੇ ਅੱਛਾ ਮੈਂ ਭੱਜੇ ਭੱਜੇ ਨੇ ਜਾਣਾ ਹਸਪੀਟਲ ਭੱਜਾ ਭੱਜਣ ਹਾਂ ਅੱਛਾ ਫੇਆ ਉੱਥੇ ਜਾ ਕੇ ਮੈਂ ਨਾ ਝੂਠੀ ਮਿੱਠੀ ਉਹਨਾਂ ਨੂੰ ਦੱਸਣਾ ਕਿ ਜੀ ਸਾਡੇ ਇਲਾਕੇ ਚੋਂ ਨਾ ਮੰਮੀ ਲੱਭੀ ਇੱਕ ਉਹਨਾਂ ਨੂੰ ਕਹਾਂ ਮੇਰੇ ਹਲੋ ਹਾਂ ਓਏ ਚੱਲ ਲੱਭਿਆ ਤਾਂ ਕਹਦੇ ਯਾਰ ਅਗੋ ਲੱਭੀ ਵੀ ਕਹੀ ਜਾਂਦਾ ਫਿਰੋ ਬਬੂ ਬਬੂ ਲੋਕ ਅ ਜ ਨਾਨੀ ਬੜਾਈ ਜਾਂਦਾ ਔਰਤ ਬੜਾਈ ਜਾਂਦਾ ਯਾਰ ਤੂੰ ਨਹੀਂ ਨਹੀਂ ਉਹ ਮੰਮੀ ਆ ਨਾ ਅੱਛਾ ਮੇਰਾ ਕਹੜਾ ਬਈ ਮੰਮੀ ਲੱਭੀ ਆ ਇਹ ਉਹਨਾਂ ਨੇ ਨਾ ਫਿਰ ਡਾਕਟਰਾਂ ਨੇ ਹਾਂ ਦੁਨੀਆ ਮੱਲੇਆਂ ਦੇ ਮੱਲੇ ਪਿੰਡਾਂ ਦੇ ਪਿੰਡ ਇਕੱਠੇ ਹੋਣਗੇ ਮੈਂ ਨਾ ਫਿਰ ਉਹ ਜਿਹੜਾ ਸੰਗਲ ਨਹੀਂ 크레인 ਦਾ ਵੱਡੀ 크레인 ਦਾ ਲਮਕ ਰਿਆ ਹੁੰਦਾ ਆਹੋ ਆਹ ਜਿਹਦੇ ਨਾਲ ਆਹ 크레인 ਦੇ ਅੱਗੇ ਲੱਗਾ ਹੁੰਦਾ ਤੂੰ ਕਹਿੰਦਾ ਆਛਾ ਮੈਂ ਵਰੂੰਗਾ ਗਾਰੇ 'ਚ ਤੂੰ ਗਾਰੇ 'ਚ ਬੜੂਗਾ ਹਾਂ ਤੂੰ ਮਰੂਗਾ ਵੀ ਗਾਰੇ 'ਚ ਤੂੰ ਬੜੂ ਗਾਰੇ 'ਚ ਸਾਰਾ ਤੂੰ ਮਰਨਾ ਵੀ ਗਾਰੇ 'ਚ ਜਾਂ ਮੈਂ ਤੁੰ ਤਸਾਕ ਮੈਂ ਚਾਚਾ ਬਿਸ਼ਾਰਤ ਉੱਥੇ ਅੰਦਰ ਵੜ ਕੇ ਤੇ ਫਿਰ ਤੇਰੇ ਘਾਟੇ ਨਾਲ ਪਾਉਣਾ ਮੈਂ ਉਹ ਸੰਗਲ ਇੱਥੇ ਰੱਖੋ ਕਿਸੇ ਖੋਤੇ ਦੇ ਆਪਾ ਆ ਇੱਥੇ ਰੱਖ ਆਹ ਸ਼ਾਬਾਸ਼ ਤੇਰੇ ਘਾਟੇ ਨੂੰ ਸੰਗਲ ਪਾਉਣਾ ਹਾਂ ਓਏ ਮੇਰਾ ਘਾਟ ਆ ਕੇ ਗਟਰ ਦਾ ਢੱਕਣਾ ਓਏ ਓ ਯਾਰ ਕੀ ਕਰਦਾ ਜਾਇਓ ਤੂੰ ਕਾਤ ਨਹੀਂ ਪਾਉਣਾ ਤੂੰ ਸੰਗਲ ਮੇਰੇ ਘਾਟ ਨੂੰ ਫੇ ਜਨਾਬ ਨਾ ਉਥੋਂ ਅਸੀਂ ਸਾਰੀ ਖਲਕਤ ਦੇ ਸਾਹਮਣੇ ਕੱਢਾਂਗੇ ਤੈਨੂੰ ਬਹੁਤ ਛਾ ਲੋਕ ਤਾੜੀਆਂ ਮਾਰਨਗੇ ਕਿ ਯਾਰ ਬੜੀ ਗੱਲ ਆ ਓਏ ਲੋਕਾਂ ਨੂੰ ਲੋਕਾਂ ਨੇ ਤਾੜੀਆਂ ਮਾਰ ਰਹੀਆਂ ਮੈਂ ਤਾਂ ਤੁਹਾਨੂੰ ਗਾਰੇ ਚੋਂ ਬਾਂਦਰ ਲੱਭ ਗਿਆ ਹਾਂ ਸੋਹਣੇ ਦਾ ਓਏ ਆ ਸ਼ਰਮ ਚੋ ਬਾਜ ਆ ਜਾ ਮੰਜੀ ਦੇ ਪਾਵੇ ਉੱਥੋਂ ਨਾ ਜਨਾਬ ਫਿਰ ਵੱਡੇ ਟਰਾਲੇ ਤੇ ਰੱਖ ਕੇ ਨਾ ਚਾਚਾ ਬਿਸ਼ਾਰਤ ਤੈਨੂੰ ਮੈਨੂੰ ਆਸਾਨ ਆ ਲਈ ਕਿਸੇ ਨੂੰ ਪਤਾ ਨਾ ਲੱਗੇ ਤੂੰ ਜਿੰਦਾ ਹੈ ਕਿ ਮਰਿਆ ਆ ਔਰ ਟਰਾਲੇ ਤੇ ਰੱਖ ਕੇ ਲਿਆਉਣੇ ਉੱਥੇ ਬਬ ਉਥੇ ਮੇਰੇ ਸਾਹ ਦੀ ਆਵਾਜ਼ ਕਤੌਣੀ ਆ ਜਿੱਦਾਂ ਉਤੋਂ ਏਡੇ ਵੱਡੇ ਜਿੰਦਾਂ ਰੱਖ ਕੇ ਲਿਆਉਣੇ ਪਵਾ ਦਿਲ ਕਰੇ ਉਹ ਮੈਂ ਉੱਥੇ ਹੀ ਸਾਖੀ ਮੋਤੀ ਮੰਮੀ ਹੋ ਜਾਵਾਂ ਤੂੰ ਨਾ ਮੰਮੀ ਦੀ ਢਮੀ ਚ ਦੇਣਾ ਚਾਹਣਾ ਉਹ ਤਾਂ ਮੈਂ ਅਰੀਜਨਲ ਮੰਮੀ ਹੋ ਜਾਣਾ ਮੈਂ ਕੋ ਕਸਮ ਚ ਖਾਲਾ ਵਾ ਵਾ ਗਾਰੇ ਦੀ ਮੱਖੀ ਬਾਜ ਆਇਆ ਮੈਂ ਜਦ ਤਣ ਮੈਨੂੰ ਗੁੱਸਾ ਚੜ ਗਿਆ ਮੈਂ ਮਾਂ ਮੈਂ ਜਾ ਆ ਕੇ ਮੈਨੂੰ ਪੜਦੋੜਾ ਮੈਨੂੰ ਦੱਸਾਂ ਇਹ ਆ ਕਿ ਸੜਕ ਦੇ ਆਸੇ ਪਾਸੇ ਵੀ ਦੁਨੀਆ ਖੜੀ ਹੋਏਗੀ ਨਾ ਦੇਖਣ ਕਿ ਮੰਮੀ ਜਾ ਰਹੀ ਹੈ ਆ ਸੜਕ ਦੇ ਹਾਲੇ ਵਾਲੇ ਵੀ ਦੁਨੀਆ ਖਲੋਤੀ ਹੋਊ ਮੈਨੂੰ ਵੇਖ ਲਈ ਇਹ ਯਾ ਅਮਾਰਕਾ ਦੀ ਬੱਲੰਗਾ ਚ ਜਾਜ ਮੈਂ ਮਾਰਿਆ ਸੀ ਮੈਂ ਫੜਿਆ ਗਿਆ ਮੈਨੂੰ ਦੇਖ ਲਈ ਖালি ਖੜੇ ਹੋ ਉਹਨੇ ਮੈਨੂੰ ਦਸਰਾ ਮੈਂ ਇੱਕ ਬਾਲ ਤੇ 34 ਸਕੋਰ ਮਾਰ ਦਿੱਤਾ ਮੈਨੂੰ ਉਹ ਤੇ ਕਾ ਤਾੜੀਆਂ ਉਹਨਾਂ ਨੇ ਕਿਹੜੀ ਗੱਲੋਂ ਮਾਰਦੀਆਂ ਮੈਂ ਸਿਰ ਤੇ ਡੱਬਾ ਰੱਖ ਕੇ ਏ ਦਿਖਾਣਾ ਵੀ ਮੈਂ 100 ਰੁਪਏ ਜਾਨਾ ਕੋ ਕਲੂ ਹੱਥ ਮਾਰੋ ਛੋ ਗਿਆ ਮੈਂ ਤੇ ਤੂੰ ਦੱਸ ਮੈਂ ਆ ਗਿਆ ਮੈਂ ਤੇ ਹੁਕ ਮਾਰ ਮਾਰ ਤੇਰਾ ਲੱਕ ਭੰਦੜਾ ਆ ਗਿਆ ਤੂੰ ਉੱਥੇ ਜਾ ਕੇ ਨਾ ਹਸਪੀਟਲ ਉਹ ਜਾ ਉਹਨਾਂ ਨੇ ਫਿਰ ਚਾਤ ਬਿਸ਼ਾਰਤ ਤੈਨੂੰ ਪਹਿਣਾ ਦਵਾਈ ਚ ਮਾਨੂੰ ਹਾਂ ਮੈਨੂੰ ਦਵਾਈ ਚ ਪਹਿਣਾ ਹਾਂ ਫੇਰ ਆ ਆ ਫੇਰ 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 ਅੱਗੇ ਆ ਪੁੱਤਰੀ ਦੇਆ ਜਿੱਲੇ ਤੂੰ ਤੇਤ ਬਿਸ਼ਾਰਤ ਦਵਾਈ ਸ਼ਵਾਈ ਤੈਨੂੰ ਲਾਤੀ ਨਾ ਮੈਨੂੰ ਤਾਂ ਭਾਈ ਮਹੀਨਾਕ ਦਵਾਈ ਦੇ ਵਿੱਚ ਹੀ ਰੱਖਣਾ ਨਾ ਤੈਨੂੰ ਇੱਕ ਮਹੀਨਾ ਮੈਨੂੰ ਦਵਾਈ ਦੇ ਵਿੱਚ ਰੱਖਣਾ ਹਾਂ ਓਏ ਮੈਨੂੰ ਇਹ ਦੱਸੋ ਮੈਂ ਕਿਸੇ ਹਕੀਮ ਦੇ ਹੱਥ ਆ ਗਿਆ ਇੱਕ ਮਹੀਨਾ ਮੈਨੂੰ ਦਵਾਈ ਦੇ ਵਿੱਚ ਰੱਖਣਾ ਮੈਨੂੰ ਮੈਨੂੰ 4 4 ਕਿਲੋਮੀਟਰ ਲੰਬੇ ਜ਼ਖਮ ਲੱਗ ਆਇਆ ਇੱਕ ਮਹੀਨਾ ਦਵਾਈ ਦੇ ਵਿੱਚ ਮੈਨੂੰ ਕਿਹੜੀ ਗੱਲਾਂ ਰੱਖਣਾ ਇਹ ਆ ਕਿ ਮੈਂ ਮਨਵਾਇਆ ਅਸਲ ਮੈਂ ਬਦਲਾ ਤੋਂ ਡੇਕ ਪਿਆ ਫੁੱਟੀ ਮਤ ਦਿਆ ਇਹ ਆ ਕਿ ਫਿਰ ਕੱਢਣਗੇ ਤੈਨੂੰ ਮਹੀਨੇ ਕ ਬਾਅਦ ਦਵਾਈ ਚ ਹਾਂਜੀ ਫਿਰ ਨਵਾ ਤੋਂ ਆ ਕੇ ਉਹ ਚਾ ਫਿਰ ਤੈਨੂੰ ਨਿਆਣਿਆਂ ਦੇ ਅੱਗੇ ਪੇਸ਼ ਕੀਤਾ ਜਾਏਗਾ ਆ ਪੇਸ਼ ਆਪਣੇ ਆਪਣੀ ਫੁੱਫੋ ਦੇ ਕ ਵੀ ਰੱਖਦਾਈ ਆਪਣਾ ਫੋਫਾ ਦੇ ਕ ਵੀ ਰੱਖਦਾਈ ਮਾਸੜਾ ਕ ਵੀ ਰੱਖਦਾਈ ਓਏ ਓ ਟੇਲਿਆਂ ਚ ਡੋਈ ਖਾਣਿਆ ਫੇ ਨਿਆਣੇ ਜਿਹੜੇ ਨੇ ਚਾਚਾ ਬਿਸ਼ਾਰਤ ਅਛਾ ਤੇਰਾ ਮੂੰਹ ਖੋਲ ਕੇ ਨਾ ਅਛਾ ਫੇ ਤੇਰੇ ਕਰਨਗੇ ਦੰਦ ਦੰਦ ਚੈੱਕ ਫਿਰ ਅੰਦਾਜ਼ਾ ਲਾਉਣਗੇ ਕਿ ਇਹ ਮੰਮੀ ਕਿੰਨੇ ਸਾਲ ਪੁਰਾਣੀ ਆ ਅਛਾ ਬਾਤਲਾ ਮੇਰੇ ਤੇ ਇਹ ਹਿਸਾਬ ਲਾਉਣਗੇ ਮਾਇਨਾ ਕਰਨਗੇ ਮੂੰਹ ਆਇਨਾ ਕਰਨਗੇ ਤੇਰੇ ਜਿੰਨੇ ਸਪੇਅਰ ਪਾਰਟਸ ਨੇ ਨਾ ਹਾਂ ਮਿਸਾਲ ਤੇਰੇ ਤੇਰਾ ਕੰਨ ਆ ਨਾ ਅਛਾ ਉਹਦੇ ਥਾਣੀ ਇੱਕ ਪੈਪ ਉਹਨਾਂ ਨੇ ਇੱਕ ਕੰਥਾਣੀ ਵਾਰਡਣਾ ਦੂਏ ਕੰਨਾਂ 'ਚ ਨਹੀਂ ਕੱਢ ਦੇਣਾ। ਪਾਪ। ਤਾਂ ਜੇ ਮੇਰੇ ਦੋਵੇਂ ਕੰਨਾਂ ਦੇ ਦਰਮਿਆਨ 'ਚ ਕੋਤੇ ਦੇ ਆ ਪੁੱਤਰਾ ਲੈਂਟਰ ਹੋਇਆ ਤਾਂ ਫੇਰ ਇਹ ਚਾਚਾ ਪੁੱਛਾਰਾ ਤਾਂ ਇਹ ਲੋਕਾਂ ਦੇ ਲੈਂਟਰ ਇੱਡੇ ਪੱਕੇ ਪਾਉਂਦਾ ਮੇਰਾ ਲੈਂਟਰ ਕਿਨੇ ਤੋੜ ਕੇ ਫੱਲੇ ਪਾਸੇ ਪਾਪ ਕੱਢਣਾ ਓਏ। ਬਣੋਏ ਦੱਸਣਾ ਮੈਂ ਜੇ ਲੈਂਟਰ ਨਾ ਵੀ ਹੋਇਆ ਤੇ ਜੇ ਨੌਂ ਦੀ ਕੰਧ ਹੋਈ ਫੇਰ ਇਹ ਕਾਦਲੀ ਪਾ ਬੋਲਣਾ। ਤਜਰਬਾ ਕਰਨਾ ਨਾ ਉਹਨੇ ਅੰਦਾਜ਼ਾ ਕਰਨਾ ਹੈ ਕਿ ਇਸ ਏ ਬੰਦਾ ਹੀ ਆ ਮੰਮੀ ਨਹੀਂ ਮੰਮੀ ਦੀ ਉਮਰ ਕਿੰਨੀ ਆ ਮੰਮੀ ਨਾ ਖਾ ਮਰੋ ਥਰੀ ਮ ਮ ਮ ਮੇ ਲੋ ਰੋਣਾ ਜਿੰਨਾ ਤੈਨੂੰ ਚੰਗਿਆ ਮੰਮੀ ਹਟਾ ਤੂੰ ਮਮੀ ਦਾ ਕੋ ਪਾਪਾ ਉਮੀਦ ਦਾ ਮਾਮੂ ਥਰ ਪੇ ਮਰਾਡ ਕਿਥੇ ਅਮਰਾਡ ਕਰਾ ਨਹੀਂ ਐਂ ਤੇ ਉਹਨਾਂ ਨੇ ਬਸ ਅੰਦਾਜ਼ਾ ਕਰਨਾ ਤੇਰਾ ਆਛਾ ਮਤਲਬ ਇੱਕ ਅਦਾ ਨਾਉ ਲਾਉਣਗੇ ਇੱਕ ਅਦਾ ਨਾਉ ਲਾਉਣਗੇ ਨੌ ਲਾ ਕੇ ਫਿਰ ਲੈਬੈਟਰੀ ਚ ਭੇਜਣਾ ਰੋਣਾ ਅੱਛਾ ਰੱਬ ਕਰੇ ਤੈਨੂੰ ਤੂੰ ਮੈਨੂੰ ਲਾ ਕੇ ਜਾਵੇਂ ਅਕੋ ਤੈਨੂੰ ਕਾਨਕ ਬਈ ਨਾ ਨਹੀਂ ਚਾਹੀਦਾ ਨਾ ਨਾ ਆ ਮਰ ਚੋ ਗਿਆ ਤੈਨੂੰ ਅਕੋ ਨਾ ਹੋ ਜਵੇ ਮੈਂ ਮਾਰ ਕੇ ਨਾ ਤੂੰ ਜ਼ਿੰਦ ਚ ਹਾਂ ਲੈ ਕੇ ਜਾਵੇਂ ਤੈਨੂੰ ਨਾ ਹੋ ਜਵੇ ਤੂੰ ਤੈਨੂੰ ਤੂੰ ਵੀ ਲਾ ਕੇ ਜਾਇਂ ਚ ਰੱਖਿਆ ਹੋਵੇ ਮੈਨੂੰ ਮਿਲਣਾ ਤੈਨੂੰ ਨਾ ਨਾ ਮਿਲੇ ਤੈਨੂੰ ਹਾਰ ਜਿੱਥੇ ਜਾਵੇ ਤੈਨੂੰ ਅਕੋ ਨਾ ਹੋਵੇ ਜਾ ਮੇਰੀ ਵੀ ਤਵਾ ਗਿਆ ਨਾ ਖਿਚਣਗੇ ਨਾ ਕਿਉਂ ਮੇਰੇ ਨਾ ਵੜ ਕੇ ਗਲੇ ਤੱਕ ਆਏ ਜਿਹੜੇ ਉਹਨਾਂ ਨੇ ਬੈਲੈਂਸ ਕਰ ਰਿਆ ਮੈਂ ਅਕੋ ਕੀ ਕਰਾਂ ਚਿਕਾ ਮਾਰਨੀ ਨਹੀਂ ਕੁੰਨਾ ਉਹ ਨਾ 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 ਬੁਛਾਰ ਦਾ ਕੋਣਾ ਬੋਲੀ ਕਿਥੇ ਖੋਤੇ ਦੇ ਆ ਪੁੱਤਰਾ ਉਹ ਕੋਣਾ ਬੋਲੀ ਬੁਛਾਰਤ ਕੀ ਕਰਨਗੇ ਮੈਂ ਮਾਗੋ ਚੁੱਪ ਕਰ ਮਾਗੋ ਕੀ ਨਾ ਨਾ ਕੁਛ ਕੰਮ ਹੀ ਨਹੀਂ ਕੁਛ ਕੰਮ ਨਹੀਂ ਹਾਂ ਮੇਰੀ ਜੁੱਤੀ ਤੇ ਲਾਉਣੀ ਉਹਨਾਂ ਕੱਲੀ ਆ ਨੋ 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 ਦੀ ਕਿਹੜੀ ਗੱਲ ਆ ਨੋ ਉਹਨਾਂ ਨੇ ਨੋ ਖਿੱਚੜਾ ਵਾ ਤੇ ਮੈਨੂੰ ਇਹੀ ਮਤਲਬ ਮੈਂ ਇਹੀ ਸਮਝਾ ਮੇਰੀ ਜੁੱਤੀ ਲਾ ਹੁੰਦਾ ਹੈ ਹਾਂ ਮੇਰੇ ਕਾਟੇ ਜੇ ਸੰਘਾ ਲਾਵੇ ਮੈਨੂੰ ਇਹੀ ਪਤਾ ਲੱਗੇ ਮੇਰੀ ਜੇ ਵੀ ਚ 10 20 ਰੁਪਏ ਕੱਟ ਲਦਾ ਹੈ ਹਾਂ ਮੇਰੇ ਕਾਟਾ ਥਾੜੀ ਪੈ ਪੌੜ ਮੈਨੂੰ ਐ ਹੀ ਲੱਗੇ ਵੀ ਮੇਰੇ ਮੇਰੀ ਪਿੰਨੀ ਦਾ ਸਾਇਜ਼ ਲਾਂਦਾ ਹੈ ਹਾਂ ਮੇਰੇ ਟੇਲੇ ਜੇ ਬੇਚ ਬਬ ਕੋਈ ਕੈਮੀਕਲ ਪੌੜ ਤੇ ਮੈਨੂੰ ਐਂ ਜੀ ਪਤਾ ਲੱਗੇ ਵੀ ਮੈਨੂੰ ਨਾ ਨਮ ਦੇ ਪਾੜੀ ਨਾਲ ਨਵਾ ਹੁੰਦਾ ਹੈ ਆ ਮੈਨੂੰ ਇੱਕ ਮਹੀਨਾ ਦਵਾਈ ਚ ਦਬੋਈ ਰੱਖਣ ਮੈਨੂੰ ਐਂ ਲੱਗੇ ਮੈਂ ਨਾ ਦਰਿਆ ਨੀਲਮ ਚ ਨਹਾ ਰਿਆ ਆ ਜਾਜੀ ਤਪ ਕੇ ਮਰ ਚੋ ਜੀ ਐ ਜਾਜ ਸਾਹਿਬ ਐ ਸਾਹਿਬ ਆ ਤੁਹਾਡਾ ਬੇੜਾ ਕਰਕੇ ਹੋ ਜਾਵੇ ਸਾਹਿਬ ਸਾਹਿਬ ਤੇਰੀ ਤੇਰੀ ਮੰਮੀ ਤਾਂ ਵੀ ਲਾੜਤ ਤੇ ਤੇਰੀ ਮੰਮੀ ਦੇ ਬੇਟੇ ਤੇ ਵੀ ਲਾੜਤ ਤੇ ਤੇਰੇ ਮੰਮੀ ਪਾਪਾ ਤੇ ਵੀ ਲਾੜਤ